ਸਿੱਖਿਆ ਮੰਤਰੀ ਪ੍ਰਗਟ ਸਿੰਘ ਦੇ ਘਰ ਦੇ ਬਾਹਰ ਅਸੀਂ ਮੌਜੂਦ ਹਾਂ ਤੇ ਤੁਸੀਂ ਦੇਖ ਸਕਦੇ ਹੋ ਕਿ ਵਿਆਪਕ ਬੇਰੋਜ਼ਗਾਰ ਅਧਿਆਪਕ ਜਿਹੜੇ ਨੇ ਅੱਜ ਉਹਨਾਂ ਦੇ ਘਰ ਦੇ ਬਾਹਰ ਪੋਕਟ ਹੜਤਾਲ ਤੇ ਬੈਗੇ ਨੇ ਲੰਬੇ ਸਮੇਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਜਿਹੜੇ ਮੰਤਰੀਆਂ ਦੇ ਕੋਲ ਜਾਂਦੇ ਰਹੇ ਨੇ ਪਰ ਹਜੇ ਤੱਕ ਵੀ ਸਰਕਾਰਾਂ ਨੇ ਇਹਨਾਂ ਦੀ ਕੋਈ ਗੱਲ ਨਹੀਂ ਸੁਣੀ ਤੇ ਅੱਜ ਜਿਹੜਾ ਇਹ ਜਦ ਸਿੱਖਿਆ ਮੰਤਰੀ ਪ੍ਰਗਟ ਸਿੰਘ ਉਹਨਾਂ ਦੇ ਘਰ ਦੇ ਬਾਹਰ ਜਿਹੜਾ ਪੋਖ ਹੜਤਾਲ ਤੇ ਬੈਠਨ ਤੇ ਮਜਬੂਰ ਹੋ ਗਏ ਨੇ ਅਧਿਆਪਕਾਂ ਦੇ ਨਾਲ ਵੀ ਗੱਲ ਕਰਦੇ ਆ ਮੈਡਮ ਪਹਿਲੇ ਗੱਲ ਕਰਦੇ ਆ ਕੀ ਮੰਗਾ ਕੀ ਨੇ ਤੁਹਾਡੀਆਂ ਸਰ ਸਾਡੀ ਮੰਗ ਇਹੀ ਆ ਕਿ ਜੋ ਸਿੱਖਿਆ ਵਿਭਾਗ ਦੀ ਗਲਤੀ ਕਾਰਨ ਵੱਧ ਮੈਰਿਟ ਰੱਖਦੇ ਹੋਏ ਵੀ 3442 ਔਰ 5178 ਪੋਸਟਾਂ ਦੇ ਵਿੱਚ ਨਿਯੁਕਤ ਹੋਣ ਹੋ ਰਹੇ ਆ ਉਹਨਾਂ ਨੂੰ ਤੁਰੰਤ ਨਿਯੁਕਤੀ ਪੱਤਰ ਜਾਰੀ ਕੀਤੇ ਜਾਣ ਕਿਉਂਕਿ ਇਹਨਾਂ ਦਾ ਟੈਕਟ 2011 ਦਾ ਪੇਪਰ ਵੀ ਗਲਤ ਸੀ ਇਹਨਾਂ ਦਾ ਨਤੀਜਾ ਵੀ ਗਲਤ ਸੀ ਔਰ ਗਲਤ ਨਤੀਜੇ ਦੇ ਆਧਾਰ ਤੇ ਇਹਨਾਂ ਨੇ ਗਲਤ ਭਾਰਤੀਆਂ ਕੀਤੀਆਂ 48 ਨੰਬਰ ਵਾਲਾ ਇਹਨਾਂ ਨੇ ਨੌਕਰੀ ਲਾ ਲਿਆ 65 ਨੰਬਰ ਵਾਲਾ ਸੜਕਾਂ ਤੇ ਰੋਪ ਇਟ ਰਿਹਾ ਔਰ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਅਸੀਂ ਸਭ ਨੂੰ ਬਣਦੇ ਹੱਕ ਦਵਾਂਗੇ ਹਾਈ ਕਮਾਂਡ ਨੇ ਚਿਹਰੇ ਬਦਲ ਕੇ ਜਨਤਾ ਨਾਲ ਧੋਖਾ ਕੀਤਾ ਆ ਕਦੀ ਇੱਥੇ ਕੈਪਟਨ ਆ ਕੇ ਲੋਕਾਂ ਨੂੰ ਗੁੰਮਰਾਹ ਕਰਦਾ ਔਰ ਕਦੀ ਚੰਨੀ ਇਸ ਬਾਰੇ ਜਦੋਂ ਤੁਸੀਂ ਸਰਕਾਰਾਂ ਦੇ ਨਾਲ ਗੱਲਬਾਤ ਕੀਤੀ ਕਿਸੇ ਮੰਤਰੀ ਨਾਲ ਅਸੀਂ ਲਗਾਤਾਰ ਆ ਦੇਖੋ ਸਾਡੀਆਂ ਫੋਟੋਆਂ ਅਸੀਂ ਹਰ ਸਿੱਖਿਆ ਇਹਨਾਂ ਨੇ ਚਾਰ ਸਿੱਖਿਆ ਮੰਤਰੀ ਬਦਲ ਲਏ ਆ ਕਾਂਗਰਸ ਜਦੋਂ ਸੱਤਾ ਚਾਹੀਏ ਚਾਰ ਸਿੱਖਿਆ ਮੰਤਰੀ ਨਹੀਂ ਬਦਲੇ ਅਸੀਂ ਹਰ ਸਿੱਖਿਆ ਮੰਤਰੀ ਓਪੀ ਸੋਨੀ ਵਿਜੇਂਦਰ ਸਿੰਘਲਾ ਅਰੁਣਾ ਚੌਧਰੀ ਪਾਰਗੜ ਸਿੰਘ ਜੀ ਹਰ ਸਿੱਖਿਆ ਮੰਤਰੀ ਕੋਲ ਆਪਣੀ ਫਾਈਲ ਲੈ ਕੇ ਜਾਂਦੇ ਕਿ ਸਾਡੇ ਨਾਲ ਢੋਖਾ ਹੋਇਆ ਪਰ ਕੋਈ ਵੀ ਸਾਡੀ ਮੰਗ ਨੂੰ ਜਿਹੜੀ ਮੰਨ ਨਹੀਂ ਰਹੀ ਕੀ ਸੁਣਨ ਨੂੰ ਮਿਲਦਾ ਜਦੋਂ ਤੁਸੀਂ ਮੰਤਰੀਆਂ ਦੇ ਕੋਲ ਸਾਨੂੰ ਲਾਰੇ ਸੁਣਨ ਨੂੰ ਮਿਲਦੇ ਆ ਇਹ ਸੁਣਨ ਨੂੰ ਮਿਲਦਾ ਕਿ ਤੁਹਾਡਾ ਹੱਕ ਬਣਦਾ ਆ ਤੁਹਾਡਾ ਹੱਕ ਤੁਹਾਨੂੰ ਮਿਲੂਗਾ ਪਰ ਕਦੋਂ ਸਾਨੂੰ 10 ਸਾਲ ਹੋ ਗਏ 146 ਦਿਨਾਂ ਤੋਂ ਅਸੀਂ ਸਿੱਖਿਆ ਬੋਰਡ ਮੁਹਾਲੀ ਦੇ ਅੱਗੇ ਪੱਕਾ ਧਰਨਾ ਲਾਇਆ ਹੋਇਆ ਆ ਇਹਨਾਂ ਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਆਕ ਕੇ ਅਸੀਂ ਇੱਥੇ ਭੁੱਖ ਹੜਤਾਲ ਤੇ ਬੈ ਗਏ ਆ ਬਿਲਕੁਲ ਜੇ ਗੱਲ ਕਰੀਏ ਕੁਝ ਸਮਾਂ ਪਹਿਲਾਂ ਵੀ ਤੁਸੀਂ ਜਿਹੜੇ ਪ੍ਰਗਟ ਸਿੰਘ ਨੂੰ ਮਿਲੇ ਸੀ ਕੀ-ਕਿਆ ਸੀ ਉਹਨਾਂ ਨੇ ਉਹਨਾਂ ਨੇ ਸਾਨੂੰ ਪੈਨਲ ਮੀਟਿੰਗ ਬੁਲਾਈ ਸੀ ਪੈਨਲ ਮੀਟਿੰਗ ਦੇ ਵਿੱਚ ਜੋ ਸਿੱਖਿਆ ਮਹਿਕਮੇ ਨੂੰ ਬੁਲਾਇਆ ਗਿਆ ਔਰ ਸਿੱਖਿਆ ਮਹਿਕਮੇ ਨੂੰ ਮੌਕੇ ਤੇ ਹੀ ਇਹ ਸਾਬਤ ਅਸੀਂ ਕੀਤਾ ਕਿ ਇਹਨਾਂ ਦਾ ਟੈਟ ਦਾ ਪੇਪਰ ਵੀ ਗਲਤ ਸੀ ਇਹਨਾਂ ਦਾ ਰਿਜ਼ਲਟ ਵੀ ਗਲਤ ਸੀ ਇਹਨਾਂ ਦੀਆਂ ਭਾਰਤੀਆਂ ਵੀ ਗਲਤ ਆ ਔਰ ਪ੍ਰਗਟ ਸਿੰਘ ਜੀ ਨੇ ਇਹੀ ਕਿਹਾ ਕਿ ਜੋ ਇਹਨਾਂ ਦਾ ਬਣਦਾ ਹੱਕ ਆ ਆਪਾਂ ਇਹਨਾਂ ਨੂੰ ਦਈਏ ਪਰ 1 ਮਹੀਨੇ ਦਾ ਸਮਾਂ ਬੀਤਣ ਵਾਲਾ ਆ ਇਹਨਾਂ ਨੇ ਸਾਨੂੰ ਸਾਡਾ ਬਣਦਾ ਹੱਕ ਨਹੀਂ ਦਿੱਤਾ ਬਿਲਕੁਲ ਜੇ ਗੱਲ ਕਰੀਏ ਅੱਜ ਤੁਸੀਂ ਭੁੱਖ ਹੜਤਾਲ ਤੇ ਬੈਠੇ ਹੋ ਤੇ ਕੀ ਕਹਿਣਾ ਚਾਹੁੰਦੇ ਹੋ ਸਰ ਹਾਂਜੀ ਸਰ ਅਸੀਂ ਬਹੁਤ ਹੀ ਦੁਖੀ ਹੋ ਕੇ ਭੁੱਖ ਹੜਤਾਲ ਤੇ ਬੈਠੇ ਜੋ 146 ਦਿਨ ਤੋਂ ਲਗਾਤਾਰ ਸਾਡਾ ਧਰਨਾ ਸਿੱਖਿਆ ਬੋਰਡ ਮੁਹਾਲੀ ਤੇ ਚੱਲ ਰਿਹਾ ਲੇਕਿਨ ਸਾਡੀ ਕੋਈ ਵੀ ਸੁਣਵਾਈ ਨਹੀਂ ਹੋ ਰਹੀ ਸਾਨੂੰ ਮੀਟਿੰਗ ਲਈ ਬੁਲਾਇਆ ਜਾਂਦਾ ਆ 10 ਦਿਨ ਦਾ ਸਮਾਂ ਕਹਿ ਕੇ ਲਾਰਾ ਲਗਾ ਕੇ ਫਿਰ ਤੋਂ ਬਿਠਾ ਦਿੱਤਾ ਜਾਂਦਾ ਤੇ ਅਸੀਂ ਬਹੁਤ ਹੀ ਦੁਖੀ ਹੋ ਕੇ ਅੱਜ ਉਹਨਾਂ ਦੇ ਵੋਟਰ ਤੇ ਸਪੋਰਟਰ ਜਿਨ੍ਹਾਂ ਨੇ ਵੋਟਾ ਸਮੇਂ ਉਹਨਾਂ ਨੂੰ ਸਪੋਰਟ ਕੀਤਾ ਸੀ ਅੱਜ ਦੁਖੀ ਹੋ ਕੇ ਉਹਨਾਂ ਦੇ ਏਰੀਆ ਦੇ ਵਿੱਚ ਅਸੀਂ ਭੁੱਖ ਹੜਤਾਲ ਤੇ ਬੈਠੇ ਆਂ ਅਧਿਆਪਕਾਂ ਨਾਲ ਵਿਤਕਰਾ ਕਿਉਂ ਸਰ ਇਹ ਤਾਂ ਹੁਣ ਸਰਕਾਰਾਂ ਹੀ ਜਾਣਣ ਅਸੀਂ ਤਾਂ ਸਾਨੂੰ ਜੋ ਲਾਰੇ ਲਗਾਏ ਗਏ ਸੀ ਕਿ ਹਾਂਜੀ ਹਰ ਘਰ ਨੌਕਰੀ ਦਿੱਤੀ ਜਾਵੇਗੀ ਘਰ ਘਰ ਨੌਕਰੀ ਬੇਟੀ ਪੜਾਓ ਬੇਟੀ ਬਚਾਓ ਉਹ ਲਾਰੇ ਲਗਾਏ ਗਏ ਸੀ ਕਿ ਉਹਨਾਂ ਸਭ ਦੇ ਕਹ ਲੋ ਅਸੀਂ ਤੇ ਇਹੀ ਕਹਿ ਸਕਦੇ ਕਿ ਅਸੀਂ ਚਾਂਸੇ ਵਿੱਚ ਆ ਗਏ ਸੀਗੇ ਕਿ ਅਸੀਂ ਇਹਨਾਂ ਨੂੰ ਵੋਟਾਂ ਦਿੱਤੀਆਂ ਪਰ ਜੇ ਹੁਣ ਇਹ ਸਾਡੀ ਮੰਗ ਨਹੀਂ ਮੰਨਦੇ ਤੇ ਅਸੀਂ ਪੂਰਨ ਤੌਰਨ ਤੇ ਇਹਨਾਂ ਦਾ ਵਿਰੋਧ ਕਰਾਂਗੇ ਬਾਈਕਾਟ ਕਰਾਂਗੇ ਬਿਲਕੁਲ ਇੱਕ ਹੋਰ ਗੱਲ ਪਤਾ ਲੱਗੀ ਹੈ ਚਲੋ ਸਿੱਖਿਆ ਮੰਤਰੀ ਤੇ ਹੈਗੇ ਪ੍ਰਕਾਸ਼ ਸਿੰਘ ਤੁਸੀਂ ਉਹਨਾਂ ਦੇ ਵੋਟਰ ਵੀ ਹੈਗੇ ਉਹ ਫੇਰ ਵੀ ਤੁਹਾਡੀ ਗੱਲ ਨਹੀਂ ਸੁਣ ਰਹੇ ਸਾਡੀ ਗੱਲ ਨਹੀਂ ਸੁਣ ਰਹੇ ਔਰ ਸਾਡੇ ਨਾਲ ਵਾਅਦੇ ਕਰਕੇ ਹੁਣ ਇਹ ਵਾਦਿਆਂ ਤੋਂ ਮੁੱਕਰ ਰਹੇ ਆ ਸਰਕਾਰ ਨੇ ਜੋ ਹਾਈ ਕਮਾਂਡ ਨੇ ਚਿਹਰੇ ਬਦਲ ਦਿੱਤੇ ਆ ਪਰ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨ ਰਹੀ ਜੋ ਇਹਨਾਂ ਨੇ ਧੋਖਾ ਕੀਤਾ ਗੁੰਮਰਾਹ ਕੀਤਾ ਆ ਕਿ ਹੁਣ ਜੋ ਮੁੱਖ ਮੰਤਰੀ ਜੀ ਸੀਐਮ ਸਾਹਿਬ ਬਣੇ ਆ ਚਰਨਜੀਤ ਚੰਨੀ ਜੀ ਵੀ ਕੀ ਗੱਲ ਲੋਕਾਂ ਨੂੰ ਆਟਾ ਦਾਲ ਸਕੀਮਾਂ ਦੇ ਕੇ ਖੁਸ਼ ਕਰਨਾ ਚਾਹੁੰਦੇ ਆ ਫ੍ਰੀ ਬੱਸਾਂ ਦੇ ਸਾਨੂੰ ਨਾ ਬੱਸਾਂ ਦੇ ਫ੍ਰੀ ਸਫ਼ਰ ਚਾਹੀਦੇ ਨਾ ਸਾਨੂੰ ਆਟਾ ਦਾਲ ਸਾਨੂੰ ਭਿਖਾਰੀ ਨਹੀਂ ਸਾਨੂੰ ਰੋਜ਼ਗਾਰ ਚਾਹੀਦਾ ਜਿੱਥੇ ਸਾਡਾ ਹੱਕ ਬਣਦਾ ਅਸੀਂ ਆਪ ਟਿਕਟਾਂ ਬੱਸਾਂ ਦੇ ਖਰੀਦਾਂਗੇ ਆਪ ਆਟਾ ਦਾਲ ਖਰੀਦਾਂਗੇ ਨਾ ਸਾਨੂੰ ਸਸਤੀਆਂ ਬਿਜਲੀਆਂ ਚਾਹੀਦੀਆਂ ਸਾਨੂੰ ਆਪਣਾ ਹੱਕ ਚਾਹੀਦਾ ਸਾਡੀ 60000 ਤਨਖਾਹ ਇਸ ਟਾਈਮ ਬਣਦੀ ਆ ਜਿੱਥੋਂ ਸਾਨੂੰ ਬਾਂਜੇ ਕੀਤਾ ਤੇ ਅਸੀਂ ਇਹਨਾਂ ਦੇ ਆਟਾ ਦਾਲ ਕੀ ਕਰਾਂਗੇ ਬਿਲਕੁਲ ਜਿਹੜਾ ਤੁਸੀਂ ਫੜਿਆ ਹੋਇਆ ਪੇਪਰ ਫੜਿਆ ਦੇ ਉੱਪਰ ਲਿਖਿਆ ਨਾਟਕ ਨੀਮਾ ਕਦੋਂ ਮਿਲੇਗਾ ਇਹ ਅਸੀਂ ਨਾਲ ਕਿਦ ਲਿਖਿਆ ਨਾਟਕ ਨਿਆਂ ਕਦਮ 10 ਸਾਲ ਦੀ ਬੇਇਨਸਾਫੀ ਦੀ ਕਹਾਣੀ ਆ ਕਿ ਨਿਆਂ ਕਦੋਂ ਮਿਲੇਗਾ ਅਸੀਂ ਕੋਟਾ ਵਿੱਚ ਵੀ ਠੱਕੇ ਖਾ ਰਹੇ ਆ ਅਸੀਂ ਸਰਕਾਰਾਂ ਅੱਗੇ ਵੀ ਮੰਨਤਾ ਕਰ ਰਹੇ ਆ ਅਸੀਂ ਆ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਬਾਰ ਬਾਰ ਬੇਨਤੀਆਂ ਕਰ ਰਹੇ ਸਾਨੂੰ 10 ਸਾਲ ਹੋ ਗਏ ਔਰ ਸਾਨੂੰ ਅਸੀਂ ਇਹ ਨਾਟਕ ਲਿਖਿਆ ਕਿ ਨਿਆਂ ਕਦੋਂ ਮਿਲੇਗਾ ਇਹ ਸਾਡੀ ਬੇਇਨਸਾਫੀ ਦੀ ਕਹਾਣੀ ਆ ਅੱਜ ਜਿਹੜੀ ਪੋਖੜ ਹਦਾਲ ਤੇ ਤੁਸੀਂ ਬੈਠੇ ਹੋ ਉਹਦੀ ਕੀ ਰਣਨੀਤੀ ਅਗਲੀ ਰਹੇਗੀ ਸਾਡੀ ਅਗਲੀ ਰਣਨੀਤੀ ਇਹ ਹੀ ਆ ਕਿ ਸਾਡੀ ਪੋਖੜ ਹਦਾਲ ਜਿਹੜੀ ਆ ਜੇਕਰ ਸਾਡੀਆਂ ਮੰਗਾਂ ਨਾ ਮੰਨੀਆਂ ਤੇ ਮਰਨ ਵਰਤ ਵਿੱਚ ਬਦਲੇਗੀ ਜਿੰਨੀ ਦੇਰ ਸਾਨੂੰ ਸਾਡਾ ਬਣਦਾ ਹੱਕ ਨਹੀਂ ਮਿਲਦਾ ਜਾਂ ਅਸੀਂ ਆਪਣਾ ਬਣਦਾ ਹੱਕ ਲੈ ਕੇ ਇੱਥੋਂ ਜਾਵਾਂਗੇ ਜਾਂ ਅਸੀਂ ਇੱਥੇ ਹੀ ਆਪਣੀ ਜਾਨ ਵਾਰ ਕੇ ਜਾਵਾਂਗੇ ਤੇ ਕੋਈ ਮੁੱਖ ਮੰਤਰੀ ਸਾਹ ਦਾ ਕੋਈ ਨਮਾਇੰਦਾਂ ਕੇ ਤੁਹਾਨੂੰ ਮਿਲਿਆ ਹੋਵੇ ਕੋਈ ਗੱਲਬਾਤ ਕੀਤੀ ਨਹੀਂ ਸਾਨੂੰ ਅਜੇ ਤੱਕ ਕੋਈ ਵੀ ਨਹੀਂ ਆ ਕੇ ਮਿਲਿਆ ਤੇ ਨਾ ਸਾਨੂੰ ਕਿਸੇ ਨੇ ਕੋਈ ਸਾਡੀ ਗੱਲ ਸੁਣੀ ਆ ਤੇ ਪੁਲਿਸ ਪ੍ਰਸ਼ਾਸਨ ਦਾ ਕਿਸ ਤਰ੍ਹਾਂ ਦਾ ਰਵਈਆ ਰਿਹਾ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਦਾ ਰਵਈਆ ਸਾਡੇ ਨਾਲ ਬਹੁਤ ਹੀ ਸਹਿਯੋਗੀ ਰਿਹਾ ਆ ਉਹਨਾਂ ਨੇ ਬਹੁਤ ਹੀ ਸਲੀਕੇ ਨਾਲ ਸਾਡੇ ਨਾਲ ਆ ਕੇ ਗੱਲਬਾਤ ਕੀਤੀ ਆ ਬਿਲਕੁਲ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਸਿੱਖਿਆ ਮੰਤਰੀ ਦੇ ਘਰ ਦੇ ਬਾਹਰ ਜਿਹੜੇ ਬੇਰੋਜ਼ਗਾਰ ਅਧਿਆਪਕ ਹੈ ਆਪਣੀਆਂ ਮੰਗਾਂ ਨੂੰ ਲੈ ਕੇ ਬੈਠੇ ਹੋਏ ਨੇ ਜਿੱਥੇ ਉਹਨਾਂ ਦਾ ਕਹਿਣਾ ਕਿ ਜੇ ਸਰਕਾਰਾਂ ਨੇ ਉਹਨਾਂ ਦੀ ਗੱਲ ਨਾ ਸੁਣੀ ਤਾਂ ਇੱਥੇ ਹੀ ਜਿਹੜਾ ਮਰਨ ਵਰਤ ਤੇ ਵੀ ਬੈਠਿਆ ਜਾਵੇਗਾ ਕੈਮਰਾਮੈਨ ਪ੍ਰਦੀਪ ਸ਼ਰਮਾ ਦੇ ਨਾਲ ਮਨਵੀਰ ਸੱਬਰਵਾਲ ਲਿਵਿੰਗ ਇੰਡੀਆ ਨਿਊਜ਼ ਜਲੰਧਰ